ਟਰਾਲੇ ਵਾਲੇ ਨੇ ਪਹਿਲਾਂ ਮਾਰੀ ਟਰਾਲੀ ਨੂੰ ਟੱਕਰ, ਫਿਰ ਤਲਾਸ਼ੀ ਦੇ ਦੌਰਾਨ ਡਰਾਈਵਰ ਕੋਲੋਂ ਨਿਕਲਿਆ DSP ਦਾ ਆਈ ਕਾਰਡ। ਤਾਂ ਦੱਸ ਦੇ ਕਿ ਟਰਾਲੇ ਵਾਲੇ ਨੇ ਓਵਰਟੇਕ ਕਰਦੇ ਸਮੇਂ ਗੰਨਿਆਂ ਦੇ ਨਾਲ ਭਰੀ ਟਰੈਕਟਰ ਟਰਾਲੀ ਨੂੰ ਟੱਕਰ ਮਾਰੀ ਹੈ, ਜਿਸ ਤੋਂ ਬਾਅਦ ਉਹ ਸੜਕ 'ਤੇ ਹੀ ਪਲਟ ਜਾਂਦੀ ਹੈ। ਜਿਸ ਤੋਂ ਬਾਅਦ ਟਰੈਕਟਰ ਮਾਲਕ ਦੇ ਵੱਲੋਂ ਉਸ ਟਰਾਲੇ ਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਫਿਰ ਡਰਾਈਵਰ ਨੂੰ ਮੌਕੇ 'ਤੇ ਕਾਬੂ ਕੀਤਾ ਜਾਂਦਾ ਹੈ। ਅਤੇ ਜਦ ਉਸਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸਦੇ ਕੋਲੋਂ ਮੌਕੇ 'ਤੇ ਨਸ਼ੇ ਤੋਂ ਇਲਾਵਾ DSP ਦਾ ਆਈ ਕਾਰਡ ਵੀ ਬਰਾਮਦ ਹੁੰਦਾ ਹੈ। ਦੱਸਦੇ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੰਨੇ ਦੀ ਟਰਾਲੀ ਦੇ ਮਾਲਕ ਐਡਵੋਕੇਟ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਡਰਾਈਵਰ ਟਰਾਲੀ 'ਤੇ ਗੰਨੇ ਭਰ ਕੇ ਲਿਜਾ ਰਿਹਾ ਸੀ ਅਤੇ ਉਹ ਕਾਰ ਦੇ ਉੱਤੇ ਉਸਦੇ ਪਿੱਛੇ ਪਿੱਛੇ ਆ ਰਹੇ ਸੀ। ਤਾਂ ਪੈਟਰੋਲ ਪੰਪ ਦੇ ਨੇੜੇ ਗੰਨਿਆਂ ਦੇ ਨਾਲ ਭਰੀ ਟਰਾਲੀ ਨੂੰ ਟਰਾਲਾ ਸਾਈਡ ਮਾਰ ਕੇ ਤੇਜ਼ੀ ਦੇ ਨਾਲ ਉੱਥੋਂ ਨਿਕਲ ਜਾਂਦਾ, ਜਿਸ ਕਾਰਨ ਟਰਾਲੀ ਸੜਕ ਦੇ ਵਿਚਕਾਰ ਹੀ ਪਲਟ ਜਾਂਦੀ ਹੈ ਅਤੇ ਟਰੈਕਟਰ ਚਾਲਕ ਨੇ ਮਸਾਂ ਹੀ ਆਪਣੀ ਜਾਨ ਬਚਾਈ। ਜਦਕਿ ਉਹਨਾਂ ਦੇ ਵੱਲੋਂ ਉਸਦਾ ਪਿੱਛਾ ਕੀਤਾ ਗਿਆ ਤਾਂ ਟਰਾਲਾ ਚਾਲਕ ਨੂੰ ਲਗਭਗ 2 ਕਿਲੋਮੀਟਰ ਅੱਗੇ ਜਾ ਕੇ ਕਾਬੂ ਕੀਤਾ ਗਿਆ, ਜਿਸਦੀ ਗੱਡੀ ਦੇ ਵਿੱਚੋਂ ਭੁੱਕੀ ਦੀ ਇੱਕ ਪੂਰੀ ਅਤੇ DSP ਦਾ ਆਈ ਕਾਰਡ ਵੀ ਮਿਲਿਆ। ਜਿਸ ਬਾਰੇ ਡਰਾਈਵਰ ਦਾ ਕਹਿਣਾ ਸੀ ਕਿ ਉਹ ਟਰਾਲੇ ਦੇ ਮਾਲਕ ਦੇ ਵੱਲੋਂ ਗੱਡੀ ਦੇ ਵਿੱਚ ਰੱਖੇ ਗਏ ਕਾਗਜ਼ਾਤ ਆਪਣੇ ਨਾਲ ਹੀ ਲੈ ਆਇਆ। ਜਦਕਿ ਮਾਲਕਾਂ ਨਾਲ ਜਦ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਹ ਇਸ ਗੱਲ ਤੋਂ ਮੁੱਕਰਦੇ ਨਜ਼ਰ ਆਏ। ਉਹਨਾਂ ਦੱਸਿਆ ਕਿ ਮੌਕੇ 'ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਦੇ ਵੱਲੋਂ ਪਹੁੰਚ ਕੇ ਟਰਾਲਾ ਚਾਲਕ ਨੂੰ ਫੜ ਕੇ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਨਸ਼ੇ ਕਰਕੇ ਗੱਡੀ ਚਲਾਉਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਹਾਂਜੀ ਸਰ, ਮੇਰਾ ਨਾਮ ਵਿਕਰਮਜੀਤ ਸਿੰਘ ਆ, ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ। ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰ ਬੈਠਾ ਸੀ। ਮੇਰਾ ਡਰਾਈਵਰ ਜਤਿੰਦਰ ਸਿੰਘ ਪੱਡਾ ਟਰਾਲੀ ਲੈ ਕੇ ਜਾ ਰਿਹਾ ਸੀ ਅਤੇ ਬੱਬਰੀ ਬਾਈਪਾਸ 'ਤੇ ਲੱਗ ਜਾਣਗੇ ਇੱਕ 22 ਟਾਇਰਾਂ ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਸਾਈਡ ਲੱਗ ਗਈ ਆ, ਸਾਈਡ ਲੱਗ ਕੇ ਅਤੇ ਟਰਾਲੀ ਪਲਟ ਗਈ ਆ। ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ, ਮਾਲੀ ਤੁਹਾਡੇ ਸਾਹਮਣੇ ਆ ਜੀ। ਬਾਕੀ ਮੌਕੇ ਦੇਖਦੇ ਹੁਣ ਪੁਲਿਸ ਕੀ ਕਰਦੀ ਹੈ ਜੀ। ਪੁਲਿਸ ਨੂੰ ਕਾਲ ਕੀਤੀ ਆ ਜੀ, ਇਹ ਭਗਵੰਤ ਮਾਨ ਸਾਹਿਬ ਦੀਆਂ ਗੱਡੀਆਂ SI ਸਾਹਿਬ 'ਤੇ ਬਿਲਕੁਲ ਮੌਕੇ 'ਤੇ ਪਹੁੰਚ ਗਈਆਂ ਜੀ। ਬਾਕੀ ਸਾਡਾ ਤੋਂ ਵੀ ਮੁਲਾਜ਼ਮ ਪਹੁੰਚ ਗਿਆ ਜੀ ਅਤੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਜੀ। ਟਰੱਕ ਵਿੱਚੋਂ ਕਾਫੀ ਹੋਰ ਸਮੱਗਰੀ ਵਗੈਰਾ ਬਰਾਮਦ ਕੀਤੀ ਆ, ਕੋਈ ਭੁੱਕੀ ਵਗੈਰਾ ਵੀ ਕੀਤੀ ਬਰਾਮਦ। ਇੱਕ ਕੋਈ DSP ਸਾਹਿਬ ਪੰਜਾਬ ਪੁਲਿਸ ਦੇ, ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ, ਉਹ ਨੰਬਰਾਂ 'ਤੇ ਵੀ ਗੱਲ ਕੀਤੀ ਹੈ ਜੀ। ਉਹ ਟਰੱਕ ਦੇ ਮਾਲਕਾਂ ਨਾ ਚੁੱਕਿਆ ਸੀ, ਉਹ ਕਹਿੰਦੇ ਸਾਡਾ ਨਹੀਂ ਹੈਗਾ ਕਾਰਡ, ਇਹ ਹੁਣ ਮੁੱਕਰ ਰਹੇ ਹੋ ਕਾਰਡ ਤੋਂ। ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ, ਕੀ ਲੀਗਲ ਐਕਸ਼ਨ ਲੈਂਦੇ ਆ ਜੀ। ਮੈਂ ਬਿਲਕੁਲ ਪਿੱਛੇ ਹੀ ਆ ਰਿਹਾ ਜੀ, ਤੇਲ ਭਰਵਾ ਕੇ ਇੱਥੇ ਪੰਪ ਤੋਂ, ਅਤੇ ਮੈਂ ਆਪਣੀ ਕਾਰ 'ਤੇ ਸੀਗਾ, ਮੈਂ ਪਿੱਛੇ ਪਿੱਛੇ ਆ ਰਿਹਾ ਜੀ। ਫਿਰ ਅਸੀਂ ਹਾਦਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੂੰ ਅਸੀਂ ਕਾਬੂ ਕੀਤਾ ਜੀ। ਮੇਰਾ ਨਾਮ ਸੁਰਜੀਤ ਸਿੰਘ ਹੈ ਜੀ। ਗੱਲਬਾਤ ਆ, ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ, ਟਰਾਲੀ ਬਾਈ ਨੇ ਇੱਧਰ ਨੂੰ ਕਰਤੀ ਗੱਡੀ, ਕਹਿੰਦੀ ਇੱਧਰ ਖੜਾ ਹੀ ਜੂਸ ਵਾਲਾ, ਅਤੇ ਮਗਰਲੇ ਪਾਸੇ ਗੰਨੇ ਟਰਾਲੀ ਨਾਲ ਵੱਜੀ। ਸਾਡੀ ਗਲਤੀ ਬਈ ਇੰਨੀ ਹੈ, ਅਸੀਂ ਉੱਥੇ ਰੁਕੇ ਨਹੀਂ, ਇੰਨੀ ਗਲਤੀ ਅਸੀਂ ਮੰਨ ਗਏ। ਹਾਂਜੀ, ਨਹੀਂ ਦੇਖੋ ਜਿਹੜਾ ਕਾਰਡ ਆ ਨਹੀਂ, ਜਿੱਦਾਂ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਗੱਡੀ 'ਚ, ਉਹ ਲਿਫਾਫਾ ਵੱਖਰਾ ਹੈ, ਉਹ ਗੱਡੀ ਦੇ ਪਰਮਿਟ ਵੱਖਰਾ ਹੈ। ਹਾਂ, ਉਹਨਾਂ ਦਾ ਬ੍ਰਦਰ ਹਾਂ ਭੁੱਕੀ ਹੈ, ਨਸ਼ੀਲਾ ਫਿਰ ਹੋਰ ਹਾਂ ਭੁੱਕੀ ਉਹ ਖਾਂਦੇ। 5 ਮਿੰਟਾਂ 'ਚ ਇੱਥੇ ਉੱਪੜ ਗਏ ਹਾਂ ਅਤੇ ਟਰਾਲੀ ਟਰੈਕਟਰ ਬਚਾਅ ਹੋ ਗਿਆ, ਟਰੈਕਟਰ ਪਲਟੀ, ਟਰਾਲੇ ਵਾਲੇ ਨੇ ਸਾਈਡ ਮਾਰੀ ਆ ਅਤੇ ਟਰਾਲੀ ਪਲਟਾਤੀ ਆ, ਅਤੇ ਜਿਸ 'ਚ ਮਾਲੀ ਨੁਕਸਾਨ ਨਹੀਂ ਕੀਤਾ ਹੋਇਆ, ਬਚਾਅ ਹੋ ਗਿਆ, ਮੌਕੇ ਤੋਂ ਉੱਪੜ ਗਿਆ 5 ਮਿੰਟਾਂ 'ਚ ਇੱਥੇ। ਅਤੇ ਬਾਕੀ ਗੱਲ ਇਸ ਤਰ੍ਹਾਂ ਵੀ ਜੋ ਕੁਛ ਹੁਣ ਕਾਰਵਾਈ ਹੋਣੀ ਆ ਸਦਰ ਥਾਣੇ ਨੇ ਕਰਨੀ।